ਤੁਸੀਂ ਚੱਕਦੇ ਟੀਵੀ ਦੇਖ ਰਹੇ ਹੋ ਮੈਂ ਹਾਂ ਗੁਰਵਿੰਦਰ ਸਿੰਘ ਐਨਡੀਪੀਐਸ ਐਕਟ ਅਧੀਨ ਕਈ ਮਾਮਲੇ ਲੰਬਿਤ ਪਏ ਲਟਕੇ ਨੇ ਕਈ ਮਾਮਲਿਆਂ ਦੇ ਵਿੱਚ ਟ੍ਰਾਇਲ ਲਗਾਤਾਰ ਡਿਲੇ ਹੁੰਦੇ ਜਾ ਰਹੇ ਨੇ ਇਹ ਵੱਡਾ ਦੁੱਖ ਦਾ ਪ੍ਰਗਟਾਵਾ ਜਿਹੜਾ ਉਹ ਹਾਈ ਕੋਰਟ ਦੇ ਵੱਲੋਂ ਕੀਤਾ ਗਿਆ ਹੈ ਜਿਸ ਦੇ ਵਿੱਚ ਇੱਕ ਮਾਮਲੇ ਦੇ ਵਿੱਚ ਪੰਜਾਬ ਦੇ ਡੀਜੀਪੀ ਨੂੰ ਤਲਬ ਵੀ ਕੀਤਾ ਗਿਆ ਤੁਹਾਨੂੰ ਦੱਸ ਦਿੰਦੇ ਕਿ ਡੀਜੀਪੀ ਨੂੰ ਤਲਬ ਕਰਨ ਤੋਂ ਬਾਅਦ ਕੋਰਟ ਨੇ ਸਖਤ ਹਿਦਾਇਤਾਂ ਕੀਤੀਆਂ ਉਹਨਾਂ ਨੇ ਕਿਹਾ ਕਿ ਇੰਜ ਲੱਗ ਰਿਹਾ ਹੈ ਕਿ ਪੁਲਿਸ ਨਸ਼ਾ ਤਸਕਰ ਜਾਂ ਫਿਰ ਨਸ਼ੇ ਦੇ ਨੈਕਸਸ ਦੇ ਨਾਲ ਜੁੜੀ ਹੋਈ ਹੈ ਮਿਲੀ ਭੁਗਤ ਹੈ ਉਹਨਾਂ ਨੇ ਕਿਹਾ ਕਿ ਸਾਫ਼ ਤੌਰ ਦੇ ਉੱਤੇ ਕੋਰਟ ਨੇ ਸੰਕੇਤ ਦਿੱਤੇ ਕਿ ਕਈ ਚਲਾਨ ਪੇਸ਼ ਹੋ ਚੁੱਕੇ ਨੇ ਪਰ ਚਲਾਨ ਪੇਸ਼ ਹੋਣ ਤੋਂ ਬਾਅਦ ਵੀ ਕਿਉਂ ਆਖਿਰਕਾਰ ਕਈ ਮਾਮਲਿਆਂ ਦੇ ਵਿੱਚ ਪੇਸ਼ੀਆਂ ਨਹੀਂ ਹੋ ਪਾ ਰਹੀਆਂ ਕਿਉਂ ਪੁਲਿਸ ਅਧਿਕਾਰੀ ਪੇਸ਼ ਨਹੀਂ ਕਰਵਾ ਪਾ ਰਹੇ ਮੁਲਜ਼ਮਾਂ ਨੂੰ ਜਿਸ ਦੇ ਕਰਕੇ ਟ੍ਰਾਇਲ ਲੇਟ ਹੋ ਰਹੇ ਨੇ ਕਈ ਨਿਰਦੋਸ਼ ਜਿਹੜੇ ਨੇ ਉਹ ਫਸੇ ਹੋ ਸਕਦੇ ਨੇ ਕਈ ਦੋਸ਼ੀ ਜਿਹੜੇ ਨੇ ਉਹਨਾਂ ਦਾ ਟ੍ਰਾਇਲ ਲੇਟ ਹੋਣ ਦਾ ਕਰਕੇ ਉਹਨਾਂ ਦੀ ਸਜ਼ਾ ਅਟਕੀ ਹੋਈ ਹੈ ਸੋ ਐਨਡੀਪੀਐਸ ਮਾਮਲੇ ਦੇ ਵਿੱਚ ਸਖਤ ਨਜ਼ਰ ਆਇਆ ਹੈ ਕੋਰਟ ਗੌਰਵ ਯਾਦਵ ਨੂੰ ਸਾਫ਼ ਕਿਹਾ ਕਿ ਪੰਜਾਬ ਦੇ ਡੀਜੀਪੀ ਨੂੰ ਸਾਫ਼ ਤੌਰ ਦੇ ਉੱਤੇ ਹਿਦਾਇਤਾਂ ਕੀਤੀਆਂ ਕਿ ਪਹਿਲਾਂ ਮੁਆਫ਼ੀ ਮੰਗੋ ਉਸ ਤੋਂ ਬਾਅਦ ਜਲਦ ਕਾਰਵਾਈ ਕਰੋ ਤਾਂ ਕਿ ਐਨਡੀਪੀਐਸ ਐਕਟ ਦੇ ਜੋ ਵੀ ਮਾਮਲੇ ਨੇ ਜਲਦੀ ਉਹਨਾਂ ਨੂੰ ਪਟਰੀ 'ਤੇ ਲਿਆਂਦਾ ਜਾਵੇ ਮੀਡੀਆ ਨਾਲ ਵਕੀਲ ਨੇ ਵੀ ਗੱਲਬਾਤ ਕੀਤੀ ਵਕੀਲ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਐਨਡੀਪੀਐਸ ਦੇ ਕਈ ਅਜਿਹੇ ਮਾਮਲੇ ਨੇ ਜਿਸ ਦੇ ਵਿੱਚ ਟ੍ਰਾਇਲ ਡਿਲੇ ਹੋ ਰਹੇ ਨੇ ਮਾਮਲਾ ਜਿਹੜਾ ਉਹ ਕੋਰਟ ਦੇ ਵਿੱਚ ਲਟਕ ਜਾਂਦਾ ਹੈ ਅਤੇ ਚਲਾਨ ਪੇਸ਼ੀ ਤੋਂ ਬਾਅਦ ਕਈ ਕਈ ਮਹੀਨੇ ਬੀਤ ਜਾਂਦੇ ਨੇ ਪੇਸ਼ੀਆਂ ਨਹੀਂ ਹੁੰਦੀਆਂ ਉਹਨਾਂ ਨੇ ਆਪਣੇ ਕਲਾਇੰਟ ਦੀ ਗੱਲ ਕਰਦੇ ਹੋਏ ਕਿਹਾ ਕਿ 20 ਪੇਸ਼ੀਆਂ ਦੀ ਜਗ੍ਹਾ ਸਿਰਫ ਇੱਕ ਪੇਸ਼ੀ ਹੋਈ ਹੈ ਇੱਕ ਚਲਾਨ ਜਿਹੜਾ ਉਹ ਪੇਸ਼ ਕੀਤਾ ਗਿਆ ਸੀਗਾ ਜਿਹੜਾ ਮਾਮਲਾ ਦਰਜ ਕੀਤਾ ਗਿਆ ਜਿਸ ਮਾਮਲੇ ਦੇ ਵਿੱਚ ਗੌਰਵ ਯਾਦਵ ਨੂੰ ਤਲਬ ਕੀਤਾ ਗਿਆ ਸੀਗਾ ਪੰਜਾਬ ਦੇ ਗ੍ਰਹਿ ਸਕੱਤਰ ਨੂੰ ਵੀ ਤਲਬ ਕੀਤਾ ਗਿਆ ਸੀਗਾ ਹਾਈ ਕੋਰਟ ਦੇ ਵੱਲੋਂ ਅਤੇ ਹੁਣ ਹਾਈ ਕੋਰਟ ਦੇ ਵਿੱਚ ਗੌਰਵ ਯਾਦਵ ਨੂੰ ਫਟਕਾਰ ਲੱਗੀ ਹੈ ਅਤੇ ਮਾਮਲਿਆਂ ਦੇ ਵਿੱਚ ਐਕਸ਼ਨ ਅਤੇ ਜਲਦੀ ਕਹਿ ਸਕਦੇ ਹਾਂ ਰਿਐਕਸ਼ਨ ਕਰਨ ਦੀ ਗੱਲ ਕਹੀ ਜਾ ਰਹੀ ਹੈ ਹੋਰ ਇਸ ਤਰ੍ਹਾਂ ਦੀ ਅਪਡੇਟ ਲਈ ਬਣੇ ਰਹੋ ਚੱਕਦੇ ਟੀਵੀ ਦੇ ਨਾਲ।